ਸਤਨਾਮ ਵਾਹਿਗੁਰੂ ਸਾਹਿਬ ਜੀ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮ ਸ਼੍ਰੀ ਗੁਰਦੇਵ ਨਮ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਆਦ ਸੱਚ ਜੁਗਾਦ ਸੱਚ ਐਪੀ ਸੱਚ ਨਾਨਕ ਸੀ ਪੀ ਸੱਚ ਇੱਕ ਓੰਕਾਰ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਵਾਹਿਗੁਰੂ
ਵਿਰਲਾ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਪਰਮ ਸਤਿਕਾਰਯੋਗ ਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਵੱਡੇ ਭਾਗ ਆਪ ਜੀਆਂ ਦੇ, ਗੁਰੂ ਮਹਾਰਾਜ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਇਹ ਜਿਹੜਾ ਸਮਾਂ ਕਲਯੁਗ ਦਾ ਇਹ ਸਫਲਾ ਕਰ ਰਹੇ ਹੋ। ਮਹਾਰਾਜ ਕਹਿੰਦੇ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਾਸ ਢੋਰ। ਸ੍ਰਿਸ਼ਟੀ ਵਿੱਚ ਆਏ, ਮਾਤ ਲੋਕ 'ਤੇ ਆਏ, ਜਨਮ ਮਿਲਿਆ, ਪਰ ਜੇ ਮਹਾਰਾਜ ਕਹਿੰਦੇ ਨਾਮ ਨਾ ਜਪਿਆ ਫਿਰ ਪਸ਼ੂਆਂ ਵਾਲਾ ਜੀਵਨ। ਕਰਤੂਤ ਪਸ਼ੂ ਕੀ ਮਾਨਸ ਜਾਤ, ਮਨੁੱਖਾਂ ਵਾਲਾ ਜੀਵਨ ਤਾਂ ਮਿਲ ਗਿਆ, ਮਹਾਰਾਜ ਕਹਿੰਦੇ ਕਰਤੂਤ ਪਸ਼ੂਆਂ ਵਾਲੀ ਰਹੀ। ਜੀਵਨ ਦਾ ਮਨੋਰਥ ਕੀ ਹੈ? ਸਤਿਗੁਰ ਕਹਿੰਦੇ ਸੰਸਾਰ 'ਤੇ ਆਉਣ ਦਾ ਇੱਕੋ ਇੱਕ ਮਨੋਰਥ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ। ਜੋ ਆਪ ਜੀ ਇਹ ਸਾਧ ਸੰਗਤ ਕਰ ਰਹੇ ਹੋ, ਇਹ ਬਹੁਤ ਵੱਡਾ ਮਹੱਤਵ ਹੈ ਇਹਦਾ। ਸਮਾਂ ਥੋੜ੍ਹਾ ਲੱਗਦਾ, ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ, ਕਿਤੇ 23.5 ਮਿੰਟ ਦੀ ਲਿਖੀ ਹੈ, ਇੱਕ ਦੋ ਘੜੀਆਂ 48 ਮਿੰਟ ਦੋ ਘੜੀਆਂ ਹੋ ਜਾਂਦੀਆਂ। ਜੇ ਤੁਸੀਂ ਸਤਸੰਗ ਵਿੱਚ ਬਤੀਤ ਕਰ ਲਈਆਂ ਤਾਂ ਵੀ ਤੁਹਾਡਾ ਸੰਸਾਰ 'ਤੇ ਆਉਣਾ ਸਫਲ ਹੋ ਜਾਣਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਸੰਗ ਬਹੁਤ ਜ਼ਰੂਰੀ ਹੈ। ਜਗ੍ਹਾ ਜਗ੍ਹਾ ਗੁਰਬਾਣੀ ਦੇ ਵਿੱਚ ਸਤਸੰਗ ਦੀ ਮਹਿਮਾ ਲਿਖੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦਰਬਾਰ ਸਜਿਆ, ਸਿੱਖ ਰੋਜ਼ ਸਵਾਲ ਕਰਿਆ ਕਰਦੇ ਸੀ ਤਾਂ ਕਿ ਬਾਕੀ ਸੰਗਤ ਨੂੰ ਵੀ ਗਿਆਨ ਹੋਵੇ। ਮਹਾਰਾਜ ਨੇ ਸ਼ਬਦ ਰਾਹੀਂ ਜਵਾਬ ਦੇਣਾ। ਅੱਜ ਇੱਕ ਸਿੱਖ ਨੇ ਖੜ੍ਹੇ ਹੋ ਕੇ ਸਵਾਲ ਕੀਤਾ, ਸੱਚੇ ਪਾਤਸ਼ਾਹ ਅਸੀਂ ਗ੍ਰਿਸਤੀ ਹਾਂ, ਇੰਨਾ ਨਾਮ ਨਹੀਂ ਜਪਿਆ ਜਾਂਦਾ, ਭਜਨ ਬੰਦਗੀ ਇੰਨੀ ਨਹੀਂ ਹੁੰਦੀ, ਸੰਸਾਰ ਵਿੱਚ ਰਹਿ ਕੇ ਬੜਾ ਕੁਛ ਦੇਖਣਾ ਪੈਂਦਾ, ਮਹਾਰਾਜ ਸਾਡਾ ਵੀ ਪਾਰ ਉਤਾਰਾ ਹੋ ਜਾਣਾ। ਬੜਾ ਸੋਹਣਾ ਸਵਾਲ ਕੀਤਾ। ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਜਵੇਂ ਗੁਰੂ ਨਾਨਕ, ਸਤਸੰਗ ਦੀ ਮਹਿਮਾ ਬਿਆਨ ਕਰਦੇ ਇੱਥੇ। ਮਹਾਰਾਜ ਕਹਿੰਦੇ, ਉਹ ਸਿੱਖ ਨੇ ਜਦੋਂ ਸਵਾਲ ਕੀਤਾ, ਉਹ ਸਵਾਲ ਦਾ ਜਵਾਬ ਦਿੰਦੇ। ਮਹਾਰਾਜ ਕਹਿੰਦੇ, ਜੇ ਤੁਸੀਂ ਸਤਸੰਗ ਕਰਦੇ ਹੋ ਨਾ ਸੰਗਤ ਨਾਲ ਮਿਲ ਕੇ, ਸੰਗਤ ਨਾਲ ਮਿਲ ਕੇ ਜਦੋਂ ਆਪਾਂ ਸਤਸੰਗ ਕਰਦੇ ਹਾਂ, ਗੁਰੂ ਦੇ ਗੁਣ ਗਾਉਂਦੇ ਹਾਂ, ਮਹਾਰਾਜ ਕਹਿੰਦੇ ਇਹ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਗਾਏ। ਮਹਾਰਾਜ ਕਹਿੰਦੇ ਇਹ ਵਿਸ਼ੇ ਵਿਕਾਰ ਦੀਆਂ ਛੱਲਾਂ ਸੰਸਾਰ ਦੇ ਵਿੱਚ ਇਨਸਾਨ ਨੂੰ ਭਰਮਾ ਦਿੰਦੀਆਂ,
ਹਉ ਮੈਂ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਂਗਲ ਵਸਕੀਨਾ। ਹਉ ਮੈਂ ਦਾ ਰੋਗ ਪਹਿਲਾਂ ਦਿੱਤਾ, ਇਹਦੇ ਵਿੱਚੋਂ ਬੰਦਾ ਬਾਹਰ ਨਹੀਂ ਨਿਕਲਦਾ। ਵਿਸ਼ੇ ਵਿਕਾਰ ਦੀਆਂ ਛੱਲਾਂ ਲੈ ਜਾਂਦੀਆਂ ਦੱਬ ਕੇ। ਮਹਾਰਾਜ ਕਹਿੰਦੇ ਇਹ ਸੰਸਾਰ ਸਾਗਰ ਕੋਈ ਔਖਾ ਨਹੀਂ ਤਰਨਾ, ਪਰਮੇਸ਼ਰ ਦੇ ਗੁਣ ਗਾਉਣੇ ਨੇ। ਅੱਗੇ ਮਹਾਰਾਜ ਨੇ ਇੱਕ ਸ਼ਰਤ ਰੱਖੀ ਵੀ ਗੁਣ ਵੀ ਗਾਉਣੇ ਨੇ ਸਤਸੰਗਤ ਵਿੱਚ ਬੈਠ ਕੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਸਾਗਰ ਸੋਈ ਤਰੈ, ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ। ਕਹਿੰਦੇ ਵੱਡਿਆਂ ਭਾਗਾਂ ਨਾਲ ਜੇ ਸੰਗਤ ਮਿਲ ਜਾਵੇ, ਸੰਗਤ ਵਿੱਚ ਬਹਿ ਕੇ ਸੰਗਤੀ ਰੂਪ ਦੇ ਵਿੱਚ ਜਦੋਂ ਆਪਾਂ ਪਰਮੇਸ਼ਰ ਦੇ ਗੁਣ ਗਾਵਾਂਗੇ, ਇਹ ਸੰਸਾਰ ਸਾਗਰ ਸੌਖਾ ਪਾਰ ਹੋ ਜਾਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਨਾਮ ਹੈ ਨਾ, ਇਹਨੂੰ ਜਹਾਜ਼ ਕਿਹਾ, ਸਤਿਗੁਰੂ ਨੂੰ ਜਹਾਜ਼ ਕਿਹਾ। ਸਤਿਗੁਰੂ ਹੈ ਬੋਹਿਥਾ, ਬੋਹਿਥ ਕਹਿੰਦੇ ਜਹਾਜ਼। ਬਿਰਲਾ ਕਿਨੈ ਵਿਚਾਰਿਆ, ਕਹਿੰਦੇ ਬਿਰਲੇ ਵਿਚਾਰ ਕਰਦੇ ਨੇ ਵੀ ਅਸੀਂ ਸੰਸਾਰ 'ਤੇ ਕਾਹਦੇ ਵਾਸਤੇ ਆਏ ਹਾਂ, ਸਾਨੂੰ ਕੀ ਕਰਨਾ ਚਾਹੀਦਾ। ਪਰ ਜੇ ਮਹਾਰਾਜ ਦੀ ਕਿਰਪਾ ਹੋ ਜਾਵੇ, ਕਰ ਕਿਰਪਾ ਪਾਰ ਉਤਾਰਿਆ, ਗੁਰ ਤਾਰ ਤਾਰਨ ਹਾਰਿਆ। ਗੁਰੂ ਤੋਂ ਬਿਨਾਂ ਕੋਈ ਤਾਰ ਨਹੀਂ ਸਕਦਾ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬਰਮੈ ਨਾਰ ਦਾ ਬੇਦ ਬਿਆਸ ਹੈ ਕੋਈ। ਤਿੰਨ ਵੱਡੀਆਂ ਉਦਾਹਰਨਾਂ ਦਿੱਤੀਆਂ ਮਹਾਰਾਜ ਨੇ। ਬਰਮਾ ਜੀ ਨੂੰ ਪੁੱਛੋ, ਨਾਰਦ ਜੀ ਨੂੰ ਪੁੱਛੋ, ਵੇਦ ਵਿਆਸ ਨੂੰ ਪੁੱਛੋ, ਉਹ ਵੀ ਇਹ ਗੱਲ ਕਹਿਣਗੇ ਵੀ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕੌਣ ਹੈ ਸੰਸਾਰ 'ਤੇ? ਇਸ ਵੇਲੇ ਸੰਸਾਰ 'ਤੇ ਇੱਕੋ ਇੱਕ ਗੁਰੂ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵੇਲੇ ਵੀ ਹਾਜ਼ਰ ਨਾਜ਼ਰ, ਸਤਿਗੁਰੂ ਗਰੀਬ ਨਿਵਾਜ, ਦੁਨੀਆਂ ਦੇ ਭਲੇ ਵਾਸਤੇ ਨਾਮ ਦਾ ਛੱਟਾ ਦਿੱਤਾ, ਅੱਜ ਇੱਕ ਜੰਗਲ ਵਿੱਚ ਬੈਠੇ ਮਹਾਰਾਜ। ਬਨਸਪਤੀ ਦਾ ਭਲਾ ਹੋ ਰਿਹਾ, ਜਿੱਥੇ ਜਿੱਥੇ ਮਹਾਰਾਜ ਦੇ ਚਰਨ ਪਏ, ਫੁੱਲ ਖਿੜ ਗਏ, ਦਰਖਤਾਂ ਨੂੰ ਫਲ ਲੱਗ ਗਏ ਮਹਾਰਾਜ ਦੇ ਚਰਨ ਪੈਣ ਦੇ ਨਾਲ। ਪਿੰਡ ਦਪਾਲਪੁਰ ਜ਼ਿਲ੍ਹਾ ਮਿੰਟਗੁਮਰੀ ਪਾਕਿਸਤਾਨ ਦੇ ਵਿੱਚ ਇੱਕ ਪਿੱਪਲ ਦੇ ਦਰਖਤ ਥੱਲੇ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਪਏ, ਉਹ ਪਿੱਪਲ ਹਰਿਆ ਭਰਿਆ ਹੋ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਜੇ ਸ਼ਿਵਨਾਭ ਦੇ ਬਾਗ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨ ਪਏ, ਰਾਜਾ ਸ਼ਿਵਨਾਭ ਬੜੇ ਬੜੇ ਸਾਧੂਆਂ ਦੇ ਉਹਨੇ ਟੈਸਟ ਲਏ, ਬੜੇ ਫੇਲ ਹੋ ਗਏ। ਗੁਰੂ ਨਾਨਕ ਸਾਹਿਬ ਨੇ ਫਿਰ ਉਹਨੂੰ ਗਿਆਨ ਕਰਾਉਣ ਵਾਸਤੇ ਜਦੋਂ ਰਾਜੇ ਸ਼ਿਵਨਾਭ ਦੇ ਬਾਗ ਦੇ ਵਿੱਚ ਮਹਾਰਾਜ ਦੇ ਚਰਨ ਪਏ, ਬਾਗ ਹਰਿਆ ਭਰਿਆ ਹੋ ਗਿਆ, ਦਰਖਤਾਂ ਨੂੰ ਫਲ ਲੱਗ ਗਏ, ਬੂਟਿਆਂ ਨੂੰ ਫੁੱਲ ਲੱਗੇ, ਬਨਸਪਤੀ ਖਿੜ ਗਈ। ਅੱਜ ਮਹਾਰਾਜ ਜੰਗਲ ਵਿੱਚ ਬੈਠੇ ਭਾਈ ਮਰਦਾਨੇ ਨੂੰ
ਮਹਾਰਾਜ ਕਹਿੰਦੇ ਭਾਈ ਮਰਦਾਨਾ ਸਤਸੰਗ ਨਾ ਕਰੀਏ ਰਬਾਬ ਛੇੜ। ਮਹਾਰਾਜ ਕਹਿੰਦੇ ਸੀ ਭਾਈ ਮਰਦਾਨੇ ਬਾਣੀ ਆਈ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ। ਇਹ ਬਾਣੀ ਧੁਰ ਤੋਂ ਆਈ ਹੈ, ਸੱਚਖੰਡ ਤੋਂ। ਮਹਾਰਾਜ ਕਹਿੰਦੇ ਮਰਦਾਨਿਆਂ ਬਾਣੀ ਆਈ ਹੈ। ਮਹਾਰਾਜ ਬਾਣੀ ਉਚਾਰਦੇ ਮੈਂ ਨਾਹੀ ਪ੍ਰਭ ਸਭ ਕੁਛ ਤੇਰਾ, ਈਗੈ ਨਿਰਗੁਣ ਉਗੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ, ਨਗਰ ਮੈਂ ਆਪ ਹਰਫ ਨੇ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ, ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ, ਕਾਕੁਦ ਰਾਉ ਕਾ ਸਿਉ ਬਲ ਵੰਚਾ ਜੈ ਜੈ ਪੇਖੋ ਤੈ ਤੈ ਨੇਰਾ, ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹੇਰਾ, ਮੈਂ ਨਾਹੀ ਪ੍ਰਭ ਸਭ ਕੁਛ ਤੇਰਾ। ਮਹਾਰਾਜ ਕਹਿੰਦੇ ਮਰਦਾਨਿਆਂ ਰਬਾਬ ਵਜਾ, ਬਾਣੀ ਆਈ ਹੈ। ਸਭ ਕੁਛ ਤੇਰਾ ਮੈਂ ਨਾਹੀ ਪ੍ਰਭ ਸਭ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ। ਸ਼ਬਦ ਉਚਾਰਨ ਕਰਦੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਬੜੀ ਮਿੱਠੀ ਆਵਾਜ਼ ਦੇ ਵਿੱਚ ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਗਈ ਸ਼ਾਂਤ ਵਾਤਾਵਰਣ ਹੋ ਗਿਆ, ਆਨੰਦਮਈ ਵਾਤਾਵਰਣ ਹੋ ਗਿਆ, ਦਰਖਤਾਂ ਦਾ ਉਧਾਰ ਹੋ ਗਿਆ, ਬਾਣੀ ਸੁਣੀ ਬਨਸਪਤੀ ਦਾ ਉਧਾਰ ਹੋਇਆ, ਪਹਾੜਾਂ ਦਾ ਆਧਾਰ ਹੋਇਆ, ਜੰਗਲ ਵੇਲੇ ਦਾ ਆਧਾਰ ਹੋਇਆ। ਮਰਦਾਨਾ ਕੀ ਦੇਖਦਾ ਹੈ, ਜਿੱਥੇ ਭਾਈ ਮਰਦਾਨਾ ਜੀ ਅਤੇ ਧੰਨ ਗੁਰੂ ਨਾਨਕ ਸਾਹਿਬ ਬੈਠੇ, ਥੋੜ੍ਹੀ ਦੂਰ 'ਤੇ ਇੱਕ ਮੁਰਦਾ ਪਿਆ। ਰਿੱਛ ਆਇਆ, ਰਿੱਛ ਨੇ ਆ ਕੇ ਮੁਰਦੇ ਨੂੰ ਸੁੰਘਿਆ,
ਸਾਰੇ ਸਰੀਰ ਨੂੰ ਸੁੰਘਿਆ ਪਰ ਖਾਧਾ ਨਹੀਂ। ਚਾਰ ਪੰਜ ਮਿੰਟ ਸਰੀਰ ਨੂੰ ਸੁੰਘ ਕੇ, ਮੁਰਦੇ ਨੂੰ ਸੁੰਘ ਕੇ ਵਾਪਸ ਚਲਿਆ ਗਿਆ। ਭਾਈ ਮਰਦਾਨਾ ਜੀ ਕਹਿਣ ਲੱਗੇ, ਗਰੀਬ ਨਵਾਜ, ਰਿੱਛ ਦਾ ਖਾਣਾ ਹੈ ਮੁਰਦਾ, ਅਤੇ ਉਹਦੇ ਸਰੀਰ 'ਤੇ ਪਸਲੀਆਂ ਨਿਕਲੀਆਂ ਹੋਈਆਂ, ਲੱਗਦਾ ਵੀ ਰਿੱਛ ਕਈ ਦਿਨਾਂ ਤੋਂ ਭੁੱਖਾ ਹੈ, ਪਰ ਉਹਨੇ ਖਾਧਾ ਨਹੀਂ। ਕੀ ਰਮਜ ਹੈ ਮਹਾਰਾਜ ਇਹਦੇ ਵਿੱਚ, ਕੀ ਭੇਦ ਹੈ? ਭੁੱਖਾ ਵੀ ਹੈ ਰਿੱਛ, ਪਰ ਉਹਨੇ ਮੁਰਦੇ ਨੂੰ ਖਾਧਾ ਨਹੀਂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਮਰਦਾਨਾ, ਜੇ ਰਿੱਛ ਦੇ ਮੂੰਹ ਤੋਂ ਸੁਣ ਲਵੇ ਤਾਂ ਬਹੁਤ ਵੱਡੀ ਗੱਲ ਹੈ, ਗੱਜ ਕੇ ਆਖੋ ਸਤਨਾਮ। ਆਪਾਂ ਰਿੱਛ ਨੂੰ ਬੁਲਾ ਲੈਂਦੇ ਹਾਂ ਇੱਥੇ, ਰਿੱਛ ਆਪਣੇ ਮੂੰਹ 'ਤੇ ਤੈਨੂੰ ਆਪ ਦੱਸ ਦੇਵੇਗਾ। ਜਦੋਂ ਮਹਾਰਾਜ ਦੁਨੀ ਚੰਦ ਦੇ ਕੋਲ ਗਏ ਸੀ, ਸੱਤ ਝੰਡੀਆਂ ਦੁਨੀ ਚੰਦ ਦੇ ਮਹਿਲਾਂ 'ਤੇ ਲੱਗੀਆਂ ਸੀ। ਜਿਹਦੇ ਕੋਲ 1 ਕਰੋੜ ਰੁਪਇਆ ਹੁੰਦਾ ਸੀ ਉਹ 1 ਝੰਡੀ ਲਾਉਂਦਾ ਹੁੰਦਾ ਸੀ ਮਹਿਲਾਂ 'ਤੇ, ਜਿਹਦੇ ਕੋਲ 2 ਕਰੋੜ ਹੋਣਾ ਉਹਨੇ 2 ਝੰਡੀਆਂ ਲਾਉਣੀਆਂ। ਦੁਨੀ ਚੰਦ ਦੇ ਮਹਿਲਾਂ 'ਤੇ 7 ਝੰਡੀਆਂ ਲੱਗੀਆਂ ਹੋਈਆਂ। ਭਾਈ ਮਰਦਾਨਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ, ਗਰੀਬ ਨਵਾਜ, 7 ਝੰਡੀਆਂ ਲੱਗੀਆਂ ਇਹਦਾ ਕੀ ਮਤਲਬ ਹੈ? ਗੁਰੂ ਨਾਨਕ ਸਾਹਿਬ ਕਹਿੰਦੇ, ਇਹਦੇ ਕੋਲ 7 ਕਰੋੜ ਮਾਇਆ, ਤਾਂ ਇਹਨੇ 7 ਝੰਡੀਆਂ ਲਾਈਆਂ। ਸ਼ਰਾਧ ਉਹਨੇ ਕੀਤਾ, ਪੰਡਤਾਂ ਨੂੰ ਭੋਜਨ ਛਕਾਇਆ, ਸਾਰਿਆਂ ਨੇ ਆਸ਼ੀਰਵਾਦ ਦਿੱਤਾ। ਜਦੋਂ ਦੁਨੀ ਚੰਦ ਗੁਰੂ ਨਾਨਕ ਸਾਹਿਬ ਜੀ ਕੋਲ ਆਇਆ, ਨਮਸਕਾਰ ਕੀਤੀ, ਮਹਾਰਾਜ ਕਹਿੰਦੇ ਵੀ ਇਹ ਕਿਸ ਪ੍ਰਥਾਏ ਤੂੰ ਭੋਜਨ ਛਕਾ ਰਿਹਾ? ਕਹਿੰਦਾ ਜੀ ਪਿਤਾ ਜੀ ਦਾ ਸ਼ਰਾਧ ਕਰਦਾ। ਕਹਿੰਦੇ ਤੈਨੂੰ ਪਤਾ ਤੇਰਾ ਪਿਤਾ ਕਿੱਥੇ ਆ? ਕਹਿੰਦੇ ਜੀ ਨਾ। ਕਹਿੰਦੇ ਉਹ ਤਾਂ ਬਘਿਆੜ ਬਣਿਆ ਬੈਠਾ, ਦੁਨੀ ਚੰਦ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ। ਮੈਂ ਤਾਂ ਇੰਨੇ ਸਾਲ ਹੋ ਗਏ ਭੋਜਨ ਕਰਦਿਆਂ ਨੂੰ, ਇਹ ਪੰਡਿਤ ਵੀ ਕਹਿੰਦੇ ਵੀ ਭੋਜਨ ਪਹੁੰਚਦਾ ਤੇਰੇ ਪਿਤਾ ਕੋਲ। ਮਹਾਰਾਜ ਕਹਿੰਦੇ ਉਹ ਤਾਂ 3 ਦਿਨ ਹੋ ਗਏ ਭੁੱਖਾ ਬੈਠਿਆ। ਕਹਿੰਦਾ ਮਹਾਰਾਜ ਇਹ ਕਿੱਦਾਂ ਹੋ ਸਕਦਾ? ਕਹਿੰਦੇ ਜੇ ਤੇਰੇ ਨਾਲ ਗੱਲ ਕਰਾ ਦਈਏ ਫੇਰ। ਕਹਿੰਦਾ ਮਹਾਰਾਜ ਬੜੀ ਕਿਰਪਾ ਹੋਏਗੀ। ਕਹਿੰਦੇ ਅਸੀਂ ਇੱਥੇ ਹੀ ਬੈਠੇ ਹਾਂ, ਜਾਂਦੇ ਕਿਤੇ ਨਹੀਂ, ਆ ਥਾਲ ਭਰ ਕੇ ਲੈ ਜਾ, ਰੋਟੀਆਂ ਲੈ ਜਾ, ਸਬਜ਼ੀ ਲੈ ਜਾ, ਖੀਰ ਲੈ ਜਾ, ਥਾਲ ਵਿੱਚ ਪਾ ਕੇ ਲੈ ਜਾ, ਤੇਰੇ ਪਿਤਾ ਨੂੰ ਛਕਾਇਆ ਜਾ ਕੇ। ਆਵਾਜ਼ ਮਾਰੀ ਡਰੀ ਨਾ, ਉਹਨੇ ਆਪੇ ਤੇਰੇ ਕੋਲ ਆ ਜਾਣਾ। ਮਨ ਵਿੱਚ ਸੰਸਾ ਵੀ ਇਹ ਕਿੱਦਾਂ ਹੋ ਸਕਦਾ? ਜਿਹੜਾ ਮਨ ਹੈ ਨਾ, ਆਪਣੀ ਸੋਚ ਹੈ, ਆਪਾਂ ਸੋਚਾਂ ਹੀ ਸੋਚਦੇ ਰਹਿ ਗਏ ਵੀ ਇਹ ਕੰਮ ਇਹ ਹੋ ਜਾਣਾ, 99 ਕੰਮ ਹੋ ਗਏ ਫਿਰ ਵੀ ਵਿਸ਼ਵਾਸ ਨਹੀਂ ਆਇਆ, ਗੁਰੂ 'ਤੇ ਵਿਸ਼ਵਾਸ ਨਹੀਂ ਆਇਆ। ਜੇ 99 ਕੰਮ ਹੋ ਗਏ, ਸਾਰੀ ਉਮਰ ਹੋ ਗਏ ਕੌਤਕ ਦੇਖਦਿਆਂ ਨੂੰ, ਫਿਰ ਵੀ ਬੰਦਾ ਸੋਚਦਾ ਅੱਛਾ ਇਹ ਕੰਮ ਬਣ ਜਾਣਾ। ਜਿੱਥੇ ਗੁਰੂ ਨਾਨਕ ਸਾਹਿਬ ਖੜ ਗਏ ਸਾਹ ਸੰਗਤ, ਉੱਥੇ ਰੌਣਕਾਂ ਹੀ ਰੌਣਕਾਂ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਦੇ ਹੁੰਦੇ ਘਾਟ ਨਹੀਂ ਕੋਈ, ਜਿੱਥੇ ਗੁਰੂ ਖੜ ਜਾਵੇ।
ਜਿੱਥੇ ਗੁਰੂ ਦੀ ਕਰਾਮਾਤ ਬਰਸਦੀ ਹੈ ਨਾ, ਉੱਥੇ ਘਾਟ ਨਹੀਂ ਕੋਈ ਆ ਸਕਦੀ। ਫਿਰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਦੁਨੀ ਚੰਦ ਨੂੰ ਵਿਸ਼ਵਾਸ ਨਹੀਂ ਆ ਰਿਹਾ, ਕਹਿੰਦਾ ਵੀ ਇਹ ਕਿੱਦਾਂ ਹੋ ਸਕਦਾ, ਚਲੋ ਦੇਖਦੇ ਹਾਂ। ਕਹਿੰਦੇ ਫਕੀਰ ਸਾਈਂ, ਗੁਰੂ ਜੀ ਇੱਥੇ ਬੈਠੋ, ਮੈਂ ਆਇਆ, ਜਾਣਾ ਨਹੀਂ। ਕਹਿੰਦੇ ਜਾਂਦੇ ਨਹੀਂ, ਕੋਈ ਨਹੀਂ, ਤੇਰੀ ਨਿਸ਼ਾ ਕਰਾ ਕੇ ਜਾਵਾਂਗੇ, ਇਹ ਤਾਂ ਨਹੀਂ ਜਾਂਦੇ। ਜਿਹੜਾ ਮਨ ਦੇ ਵਿੱਚ ਬਲਬਲਾ ਸਾਰਾ ਕੱਢ ਕੇ ਜਾਵਾਂਗੇ। ਦੁਨੀ ਚੰਦ ਜਿੱਦਾਂ ਮਹਾਰਾਜ ਨੇ ਦੱਸਿਆ ਸੀ, ਜਾ ਕੇ ਅੱਗੇ ਦੇਖਦਾ ਇੱਕ ਬਘਿਆੜ ਝਾੜੀਆਂ ਦੇ ਵਿੱਚ ਬੈਠਾ, ਪਿੰਡ ਦੇ ਬਾਹਰ ਜੰਗਲ ਦੇ ਵਿੱਚ। ਮਹਾਰਾਜ ਨੇ ਕਿਹਾ ਸੀ ਡਰੀ ਨਾ, ਪਿਤਾ ਜੀ ਕਹਿ ਕੇ ਆਵਾਜ਼ ਮਾਰੀ। ਜਦੋਂ ਪਿਤਾ ਜੀ ਕਹਿ ਕੇ ਆਵਾਜ਼ ਮਾਰੀ ਤਾਂ ਉਹ ਬਘਿਆੜ ਦੁਨੀ ਚੰਦ ਦੇ ਕੋਲ ਆ ਗਿਆ ਅਤੇ ਮਹਾਰਾਜ ਦੀ ਕਿਰਪਾ ਨਾਲ ਬੰਦਿਆਂ ਵਾਂਗ ਬੋਲਣ ਲੱਗ ਪਿਆ। ਕਹਿੰਦੇ ਪਿਤਾ ਜੀ ਮੈਂ ਤਾਂ ਬੜੇ ਸ਼ਰਾਧ ਕਰਾਏ। ਕਹਿੰਦੇ ਮੈਨੂੰ ਕੋਈ ਨਹੀਂ ਪਹੁੰਚਿਆ। ਪੁੱਤਰ ਗੱਲਾਂ ਆਪਾਂ ਬਾਅਦ 'ਚ ਕਰਾਂਗੇ, ਆਪਣੇ ਘਰ ਰੱਬ ਆਇਆ, ਉਹਦੇ ਚਰਨ ਫੜ ਲਈ, ਤੇਰਾ ਭਲਾ ਹੋ ਜਾਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੱਬ ਆਇਆ, ਰੱਬ ਆਪ ਚੱਲ ਕੇ ਤੇਰਾ ਭਲਾ ਕਰਨ ਵਾਸਤੇ ਗੁਰੂ ਰੂਪ 'ਚ, ਬਸ ਉਹਦੇ ਚਰਨਾਂ ਛੱਡੀ, ਜੋ ਮਹਾਰਾਜ ਕਹਿਣਗੇ ਉਹੀ ਕਰੀ। ਪਿਤਾ ਜੀ ਤੁਸੀਂ ਤਾਂ ਬੜੇ ਦਾਨ ਪੁੰਨ ਕਰਦੇ ਹੁੰਦੇ ਸੀ, ਬੜੇ ਅੱਛੇ ਕਰਮ ਕਰਦੇ ਸੀ, ਬਘਿਆੜ ਕਿੱਦਾਂ ਬਣੇ? ਕਹਿੰਦਾ ਪੁੱਤਰ ਅੱਛੇ ਕਰਮ ਤਾਂ ਬੜੇ ਕੀਤੇ, ਪਰ ਅਖੀਰ ਦੀ ਜਿਹੜੀ ਅਵਸਥਾ ਹੁੰਦੀ ਹੈ, ਜਦੋਂ ਮੇਰਾ ਅਖੀਰਲਾ ਸਮਾਂ ਸੀ, ਆ ਗੁਆਂਢੀਆਂ ਦੇ ਘਰ ਮੀਟ ਬਣਦਾ ਸੀ, ਮਾਸ ਬਣਦਾ ਸੀ, ਅਖੀਰ ਦਾ ਸਮਾਂ ਭਗਤ ਤਰਲੋਚਨ ਜੀ ਕਹਿੰਦੇ ਅੰਤ ਕਾਲ ਜੋ ਲਛਮੀ ਸਿਮਰਾ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਉਤਰਾ। ਜੇ ਮਾਇਆ ਵੱਲ ਧਿਆਨ ਰਹਿ ਗਿਆ ਤਾਂ ਸੱਪ ਬਣਨਾ ਪੈਣਾ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਬਲ ਬਲ ਉਤਰਾ। ਔਰਤ ਵੱਲ ਧਿਆਨ ਚਲਿਆ ਗਿਆ ਬੰਦੇ ਦਾ ਮਰਦੇ ਸਮੇਂ, ਤਾਂ ਕਹਿੰਦੇ ਬੇਸਵਾ ਦੀ ਜੋਨ ਮਿਲੇਗੀ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੁਕਰ ਜੋਨ ਬਲ ਬਲ ਉਤਰਾ। ਧੀਆਂ ਪੁੱਤਰਾਂ ਵੱਲ ਜੇ ਧਿਆਨ ਚਲਿਆ ਗਿਆ, ਕਹਿੰਦੇ ਸੂਰੀ ਦਾ ਜਨਮ ਮਿਲਣਾ। ਸੂਰੀ ਦੇ ਦੇਖ ਲਓ ਕਿੰਨੇ ਕਿੰਨੇ ਬੱਚੇ ਹੁੰਦੇ। ਕਥਾ ਵੱਲ ਧਿਆਨ ਆਸੇ ਪਾਸੇ ਨਾ ਦੇਖਿਆ ਕਰੋ, ਕਥਾ ਵੱਲ ਧਿਆਨ ਦਿਆ ਕਰੋ ਪੂਰਾ, ਵੀ ਮਹਾਰਾਜ ਬਾਣੀ 'ਚ ਕੀ ਕਹਿ ਰਹੇ। ਭਗਤ ਤਰਲੋਚਨ ਜੀ ਇਹ ਸ਼ਬਦ ਵਿੱਚ ਬਹੁਤ ਵੱਡਾ ਉਪਦੇਸ਼ ਦੱਸਦੇ ਵੀ ਅੰਤ ਦੇ ਸਮੇਂ ਵੀ ਜੇ ਧਿਆਨ ਰੱਬ ਵਾਲੇ ਪਾਸੇ ਨਾ ਗਿਆ ਤਾਂ ਵੀ ਜੂਨ ਮਿਲ ਜਾਣੀ ਹੈ। ਅੰਤ ਦੇ ਸਮੇਂ ਮਹਾਰਾਜ ਵਾਲੇ ਪਾਸੇ ਧਿਆਨ ਤਾਂ ਜਾਏਗਾ ਜੇ ਹੁਣ ਆਪਾਂ ਨਾਮ ਜਪਾਂਗੇ, ਜੇ ਹੁਣ ਆਪਾਂ ਧਿਆਨ ਧਰਾਂਗੇ ਬਾਬੇ ਨਾਨਕ ਦਾ, ਪਰਪੱਕ ਕਰਾਂਗੇ ਧਿਆਨ ਨੂੰ। ਇੱਕਦਮ ਧਿਆਨ ਪਰਪੱਕ ਨਹੀਂ ਹੁੰਦਾ, ਮੋਹ ਦੇ ਕਰਕੇ ਧਿਆਨ ਬੱਚਿਆਂ ਵੱਲ ਚਲਿਆ ਜਾਂਦਾ। ਫਿਰ ਭਗਤ ਤਰਲੋਚਨ ਜੀ ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰਾ, ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਬਲ ਬਲ ਉਤਰਾ। ਮੰਦਰ ਬੜੇ ਸੋਹਣੇ ਬਣਾਏ, ਮਕਾਨ ਬੜੇ ਸੋਹਣੇ ਬਣਾਏ, ਰਹਿਣਾ ਨਸੀਬ ਨਹੀਂ ਹੋਇਆ, ਪਹਿਲਾਂ ਹੀ ਮੌਤ ਆ ਗਈ।
ਕਿੱਡੇ ਸੋਹਣੇ ਮੈਂ ਮੰਦਰ ਬਣਾਏ, ਰਹਿਣਾ ਨਸੀਬ ਨਹੀਂ ਹੋਇਆ। ਇਸੇ ਵਿਯੋਗ 'ਚ ਜਾਨ ਨਿਕਲ ਗਈ, ਉਹਨਾਂ ਮੰਦਰਾਂ 'ਚ ਹੀ ਪ੍ਰੇਤ ਬਣ ਕੇ ਰਹਿੰਦਾ। ਪ੍ਰੇਤ ਬਣ ਗਿਆ। ਫਿਰ ਭਗਤ ਤ੍ਰਿਲੋਚਨ ਜੀ ਕਹਿੰਦੇ, ਅੰਤਕਾਲ ਨਾਰਾਇਣ ਸਿਮਰਾ, ਐਸੀ ਚਿੰਤਾ ਮੈਂ ਜੇ ਮਰਾ, ਬਦਤ ਤ੍ਰਿਲੋਚਨ ਤੇ ਨਰਮੁਕਤਾ ਪਿਤੰਬਰ ਵਾਕਾ ਹਿਰਦਾ ਵਸਾ। ਜੇ ਅੰਤ ਦੇ ਸਮੇਂ ਨਾਰਾਇਣ ਉਹ ਪਰਮੇਸ਼ਰ ਵੱਲ ਧਿਆਨ ਹੋ ਗਿਆ, ਫਿਰ ਆਉਂਦੀਆਂ ਪਾਲਕੀਆਂ। ਤਾਂ ਹੀ ਵਾਰ ਵਾਰ ਬੇਨਤੀ ਕਰੀ ਦੀ ਹੈ ਵੀ ਗੁਰੂ ਨਾਨਕ ਸਾਹਿਬ ਨੂੰ ਹਿਰਦੇ 'ਚ ਵਸਾਓ। ਜੇ ਗੁਰੂ ਨਾਨਕ ਸਾਹਿਬ ਵੱਲ ਧਿਆਨ ਹੋਏਗਾ ਨਾ, ਫਿਰ ਪਾਲਕੀਆਂ ਆਉਣ ਤੋਂ ਕੋਈ ਰੋਕ ਨਹੀਂ ਸਕਦਾ ਗਾ। ਜੇ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਧਿਆਨ ਕਰਾਂਗੇ ਜਦੋਂ ਆਪਾਂ ਮੂਲ ਮੰਤਰ ਜਪਾਂਗੇ ਨਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰਨਾਮ ਦਰੜਾਵਾ ਰਾਮ ਰਾਜੇ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਜੋ ਹਰਨਾਮ ਤੇ ਆਵੈ, ਜੋ ਹਰ ਹਰਨਾਮ ਤੇ ਆਈਂਦੇ, ਤਿੰਨ ਜਮ ਨੇੜ ਨਾ ਆਵੈ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਜਮਦੂਤ ਨੇੜੇ ਨਹੀਂ ਆ ਸਕਦੇ। ਮਹਾਰਾਜ ਕਹਿੰਦੇ, ਤਿੰਨਾਂ ਦੇ ਜਮ ਨੇੜ ਨਾ ਆਵੈ ਜੀ, ਤਿੰਨਾਂ ਦੇ ਜਮ ਨੇੜ ਨਾ ਆਵੈ ਜੀ।
ਹਰ ਹਰ ਨਾਮ ਧਿਆਈਂਦੇ ਤਿੰਨ ਜਮ ਨੇੜ ਨਾ ਆਵੇ। ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ, ਜਿਹੜੇ ਮੂਲ ਮੰਤਰ ਜਪਦੇ, ਜਿਹੜੇ ਵਾਹਿਗੁਰੂ ਨਾਮ ਜਹਾਜ਼ ਹੈ, ਵਾਹਿਗੁਰੂ ਸ਼ਬਦ ਜਪਦੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਏ। ਪੰਜਾਂ ਪਿਆਰਿਆਂ ਨੇ ਵਾਹਿਗੁਰੂ ਸ਼ਬਦ ਦਿੱਤਾ। ਇੱਕ ਮੇਰੀ ਬੇਨਤੀ ਹੈ, ਜੋ ਪੰਜਾਂ ਪਿਆਰਿਆਂ ਨੇ ਦਿੱਤਾ ਉਹੀ ਜਪਣਾ ਚਾਹੀਦਾ। ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਜੋ ਪੰਜ ਪਿਆਰਿਆਂ ਨੇ ਦਿੱਤਾ ਉਹੀ, ਜੇ ਪੰਜ ਪਿਆਰਿਆਂ ਨੇ ਵਾਹਿਗੁਰੂ ਦਿੱਤਾ ਤਾਂ ਵਾਹਿਗੁਰੂ ਜਪੋ, ਜੇ ਮੂਲ ਮੰਤਰ ਦਿੱਤਾ ਤਾਂ ਮੂਲ ਮੰਤਰ ਜਪੋ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਜੋ ਮਹਾਂਪੁਰਖਾਂ ਨੇ ਮੂਲ ਮੰਤਰ ਦਿੱਤਾ ਉਹਦਾ ਜਾਪ ਕਰੋ। ਕਿਤੇ ਵੀ ਕਿਸੇ ਵੀ ਮਹਾਂਪੁਰਖ ਨਾਲ ਜੁੜੇ ਹੋ, ਜੋ ਉਹਨੇ ਸ਼ਬਦ ਦਿੱਤਾ ਉਹ ਸ਼ਬਦ ਦਾ ਜਾਪ ਕਰੋ। ਮੂਲ ਮੰਤਰ ਜੇ ਤੁਹਾਨੂੰ ਮਿਲਿਆ ਮਹਾਂਪੁਰਖਾਂ ਨੇ ਦਿੱਤਾ, ਉਹਦਾ ਜਾਪ ਕਰੋ। ਜਦੋਂ ਉਹਦਾ ਜਾਪ ਕਰੋਗੇ, ਧਿਆਨ ਧਰਨਾ ਗੁਰੂ ਨਾਨਕ ਸਾਹਿਬ ਦਾ। ਦਸ ਗੁਰੂ ਸਾਹਿਬਾਨਾਂ ਚੋਂ ਕਿਸੇ ਦਾ ਵੀ ਧਿਆਨ ਧਰ ਲਓ, ਕਿਸੇ ਬੰਦੇ ਦਾ ਧਿਆਨ ਨਹੀਂ ਧਰਨਾ, ਧਿਆਨ ਦੇਣਾ। ਮਹਾਰਾਜ ਨੇ ਸਰੀਰ ਨਾਲ ਨਹੀਂ ਜੋੜਿਆ, ਮਹਾਰਾਜ ਨੇ ਜੋਤ ਨਾਲ ਜੋੜਿਆ। ਗੁਰੂ ਕੀ ਹੈ? ਸ਼ਬਦ। ਗੁਰੂ ਕੀ ਹੈ? ਜੋਤ। ਹੁਣ ਧਿਆਨ ਦੇਣਾ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਸਾਹਿਬ ਕੀ ਹੈ? ਸਰੀਰ ਥੋੜ੍ਹਾ, ਗੁਰੂ ਨਾਨਕ ਸਾਹਿਬ ਜੋਤ ਹੈ। ਹੁਣ ਜਿਹੜੇ ਗੁਰੂ ਨਾਨਕ ਸਾਹਿਬ ਨਾਲ ਉਸ ਵੇਲੇ ਜੁੜੇ, ਜਦੋਂ ਮਹਾਰਾਜ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਿੱਚ ਰੱਖੀ, ਤਾਂ ਸਾਰੀ ਸੰਗਤ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮੱਥਾ ਟੇਕਿਆ। ਸਰੀਰ ਨੂੰ ਥੋੜ੍ਹਾ ਮੱਥਾ ਟੇਕਿਆ, ਉਹ ਗੁਰੂ ਨਾਨਕ ਦੀ ਜੋਤ ਨੂੰ ਮੱਥਾ ਟੇਕਿਆ। ਫਿਰ ਮਹਾਰਾਜ ਕਹਿੰਦੇ, ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜਨ ਮਾਹੇ ਤਰੇ। ਫਿਰ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਜੀ ਮਹਾਰਾਜ ਵਿੱਚ ਜੋਤ ਰੱਖੀ। ਗੁਰੂ ਅਰਜਨ ਪ੍ਰਤੱਖ ਹਰ। ਜਦੋਂ ਜੋਤ ਸਰੀਰ ਵਿੱਚ ਟਿਕਦੀ ਹੈ, ਉਹ ਜੋਤ ਨੂੰ ਮੱਥਾ ਟਿਕਦਾ, ਸਰੀਰ ਨੂੰ ਥੋੜ੍ਹਾ ਮੱਥਾ ਟਿਕਦਾ। ਫਿਰ ਕਹਿੰਦੇ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਵਾਰੀ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਾਇਆ ਪਲਟੀ, ਜੋਤ ਰੱਖੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਿੱਚ। ਫਿਰ ਮੱਥਾ ਕਿਹਨੂੰ ਟੇਕਿਆ? ਜੋਤ ਨੂੰ। ਸਰੀਰ ਨੂੰ ਥੋੜ੍ਹਾ ਮੱਥਾ ਟਿਕਦਾ। ਜਿਹੜਾ ਮੌਜੂਦਾ ਕੋਈ ਗੱਦੀ 'ਤੇ ਬੈਠਾ, ਜਿਹਦੇ ਵਿੱਚ ਜੋਤ ਰੱਖੀ ਹੈ, ਮੌਜੂਦਾ MC ਦੀ ਮੋਹਰ ਚੱਲਦੀ ਹੈ, ਪੁਰਾਣੇ ਨੂੰ ਕੋਈ ਨਹੀਂ ਪੁੱਛਦਾ। ਜਿਹੜਾ ਮੌਜੂਦਾ ਹੋਵੇ ਨਾ, ਉਹਦੀ ਮੋਹਰ ਚੱਲਿਆ ਕਰਦੀ ਹੈ। ਗੁਰੂ ਨਾਨਕ ਸਾਹਿਬ ਨੇ ਜਦੋਂ ਜੋਤ ਰੱਖੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਿੱਚ, ਤਾਂ ਸਾਰੀ ਸੰਗਤ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਮੱਥਾ ਟੇਕਿਆ। ਕਿਉਂ? ਗੁਰੂ ਸਰੀਰ ਨਹੀਂ ਹੈ, ਗੁਰੂ ਜੋਤ ਹੈ। ਆਪਾਂ ਧਿਆਨ ਧਰਨਾ ਗੁਰੂ ਨਾਨਕ ਸਾਹਿਬ ਦਾ, ਧਿਆਨ ਧਰੋ ਗੁਰੂ ਰਾਮਦਾਸ ਮਹਾਰਾਜ ਦਾ। ਜਿਹੜੇ ਵੀ ਸਰੂਪ ਵਿੱਚ ਧਿਆਨ ਟਿਕਦਾ ਜਲਦੀ, ਗੁਰੂ ਤੇਗ ਬਹਾਦਰ ਮਹਾਰਾਜ ਵੱਲ ਧਿਆਨ ਜਲਦੀ ਟਿਕਦਾ, ਉਹਨਾਂ ਦਾ ਧਿਆਨ ਧਰ ਲਓ। ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਧਿਆਨ ਜਲਦੀ, ਉਹਨਾਂ ਦਾ ਧਿਆਨ ਧਰ ਲਓ। ਜਿੱਥੇ ਧਿਆਨ ਤੁਹਾਡਾ ਜਲਦੀ ਲੱਗੇ,
ਦਸਾਂ ਸਰੂਪਾਂ ਤੋਂ ਬਿਨਾਂ ਹੋਰ ਕਿਤੇ ਧਿਆਨ ਨਹੀਂ ਧਰਨਾ, ਨਹੀਂ ਤਾਂ ਠੱਗੇ ਜਾਊਂਗੇ। ਮਹਾਰਾਜ ਕਹਿੰਦੇ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਏਂਗੇ ਜੋ ਪ੍ਰਾਣ ਜਾਏਂਗੇ ਝੂਟ। ਹੁਣ ਸਮਾਂ ਪਰਮੇਸ਼ਰ ਦਾ ਨਾਮ ਜਪਣ ਦਾ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਜੋ ਆਪ ਜੀ ਸੰਗਤ ਰੂਪ 'ਚ ਇੱਥੇ ਪਰਮੇਸ਼ਰ ਦੇ ਗੁਣ ਗਾ ਰਹੇ ਹੋ, ਸੁਣ ਰਹੇ ਹੋ, ਇਹ ਤੋਂ ਵੱਡਾ ਪੁੰਨ ਕੋਈ ਨਹੀਂ ਸੰਸਾਰ 'ਤੇ। ਹੁਣ ਦੁਨੀ ਚੰਦ ਨੂੰ ਉਹਦਾ ਪਿਤਾ ਕਹਿੰਦਾ ਵੀ ਮੇਰਾ ਅਖੀਰਲੇ ਸਮੇਂ ਧਿਆਨ ਜਦੋਂ ਉੱਧਰ ਗਿਆ ਤਾਂ ਮੈਂ ਬਘਿਆੜ ਬਣ ਗਿਆ। ਪਿਤਾ ਜੀ ਮੈਨੂੰ ਕੀ ਹੁਕਮ ਆ? ਕਹਿੰਦੇ ਚਰਨ ਫੜ ਲੈ ਜਾ ਕੇ, ਰੱਬ ਆਇਆ ਤੇਰੇ ਘਰ। ਉਹ ਜੋ ਮਹਾਰਾਜ ਨੇ ਸ਼ੀਤ ਪ੍ਰਸ਼ਾਦ ਭੇਜਿਆ ਸੀ ਜਦੋਂ ਬਘਿਆੜ ਨੂੰ ਛਕਾਇਆ, ਉਹਦੀ ਜੋਨੀ ਪਲਟ ਦਿੱਤੀ ਮਹਾਰਾਜ ਨੇ, ਬਘਿਆੜ ਨੇ ਸਰੀਰ ਛੱਡ ਦਿੱਤਾ। ਦੁਨੀ ਚੰਦ ਨੇ ਆ ਕੇ ਚਰਨ ਫੜੇ ਮਹਾਰਾਜ ਦੇ, ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ, ਮੇਰੇ ਪਿਤਾ ਦਾ ਆਪ ਜੀ ਨੇ ਉਧਾਰ ਕੀਤਾ, ਮੇਰੇ 'ਤੇ ਵੀ ਕਿਰਪਾ ਕਰੋ, ਮੈਂ ਕੀ ਕਰਾਂ, ਆਉਣ ਵਾਲਾ ਵੇਲਾ ਮੇਰਾ ਸਫਲਾ ਹੋ ਜਾਵੇ, ਦਰਗਾਹ ਦੇ ਵਿੱਚ ਮੁੱਖ ਉੱਜਲ ਹੋਵੇ, ਕਿਰਪਾ ਕਰੋ, ਮੇਰੇ 'ਤੇ ਮਿਹਰ ਕਰੋ, ਮੈਨੂੰ ਹੁਕਮ ਕਰੋ ਮੈਂ ਕੀ ਕਰਾਂ। ਮਹਾਰਾਜ ਕਹਿੰਦੇ ਆਪਣੇ ਗੁਜ਼ਾਰੇ ਜੋਗੀ ਮਾਇਆ ਰੱਖ ਕੇ ਬਾਕੀ ਗਰੀਬਾਂ 'ਚ ਵੰਡਦੇ, ਅਸੀਂ ਜਾਮਨ ਰਹੇ, ਦਰਗਾਹ ਵਿੱਚ ਤੇਰੇ ਨਾਲ ਖੜਾਂਗੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨੀ ਚੰਦ ਦਾ ਉਧਾਰ ਕੀਤਾ ਮਹਾਰਾਜ ਨੇ, ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਗੁਰੂ ਨਾਨਕ ਸਾਹਿਬ, ਕਹਿੰਦੇ ਭਾਈ ਮਰਦਾਨਾ ਜੇ ਰਿੱਛ ਦੇ ਮੂੰਹ ਤੋਂ ਸੁਣ ਲਵੇ ਤਾਂ ਬਹੁਤ ਵੱਡੀ ਗੱਲ ਹੈ। ਗਰੀਬ ਨਵਾਜ ਜਿੱਦਾਂ ਆਪ ਜੀ ਦੀ ਮੌਜ, ਮਹਾਰਾਜ ਨੇ ਰਿੱਛ ਨੂੰ ਬੁਲਾਇਆ, ਰਿੱਛ ਨੇ ਆ ਕੇ ਮੱਥਾ ਟੇਕਿਆ, ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਬੰਦਿਆਂ ਵਾਂਗ ਬੋਲਣ ਲੱਗ ਪਿਆ। ਭਾਈ ਮਰਦਾਨੇ ਨੇ ਸਵਾਲ ਕੀਤਾ ਵੀ ਤੇਰਾ ਖਾਜਾ ਇਹ, ਤੇਰਾ ਖਾਣਾ ਤੂੰ ਕਿਉਂ ਨਹੀਂ ਖਾਧਾ? ਰਿੱਛ ਕਹਿਣ ਲੱਗਿਆ ਭਾਈ ਮਰਦਾਨਾ, ਜਦੋਂ ਗੁਰੂ ਨਾਨਕ ਸਾਹਿਬ ਸ਼ਬਦ ਉਚਾਰ ਰਹੇ ਸਨ ਅਤੇ ਤੁਸੀਂ ਰਬਾਬ ਵਜਾ ਰਹੇ ਸੀ, ਸ਼ਬਦ ਮੇਰੇ ਕੰਨਾਂ ਰਾਹੀਂ ਹੋ ਕੇ ਹਿਰਦੇ ਵਿੱਚ ਚਲਿਆ ਗਿਆ, ਸਰੀਰ ਸ਼ੁੱਧ ਹੋ ਗਿਆ, ਮਨ ਸ਼ੁੱਧ ਹੋ ਗਿਆ, ਮੈਨੂੰ ਸੋਝੀ ਆ ਗਈ ਚੰਗੇ ਮਾੜੇ ਦੀ। ਗੁਰੂ ਨਾਨਕ ਸਾਹਿਬ ਦੇ ਮੈਂ ਦਰਸ਼ਨ ਕੀਤੇ ਦੂਰੋਂ, ਐਸੀ ਮਹਾਰਾਜ ਦੀ ਕਿਰਪਾ ਹੋਈ, ਐਸੀ ਗੁਰੂ ਨਾਨਕ ਸਾਹਿਬ ਦੀ ਮਿਹਰ ਹੋਈ, ਸ਼ਬਦ ਨਾਲ ਸੋਝੀ ਆਈ, ਮੈਨੂੰ ਇਹ ਪਤਾ ਲੱਗ ਗਿਆ ਵੀ ਇਹ ਇਨਸਾਨ ਆਪਣੇ ਜਨਮ ਵਿੱਚ ਕੀ ਕਰਦਾ ਰਿਹਾ। ਭੁੱਖ ਤਾਂ ਮੈਨੂੰ ਬੜੀ ਡਾਢੀ ਲੱਗੀ ਸੀ, ਮੇਰਾ ਖਾਣਾ ਇਹ, ਪਰ ਮੈਂ ਖਾਧਾ ਨਹੀਂ, ਕਿਉਂ? ਇਹ ਬੰਦਾ ਮਨਮੁੱਖ ਹੈ, ਪੈਰਾਂ ਨੂੰ ਸੁੰਘਿਆ ਵੀ ਕਿਤੇ ਪੈਰਾਂ ਨਾਲ ਚੱਲ ਕੇ ਕਿਤੇ ਗੁਰੂ ਘਰ ਨਹੀਂ ਗਿਆ, ਹੱਥਾਂ ਨਾਲ ਸੇਵਾ ਨਹੀਂ ਕੀਤੀ, ਅੱਖਾਂ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ, ਕੰਨਾਂ ਨਾਲ ਕਿਤੇ ਬਾਣੀ ਨਹੀਂ ਸੁਣੀ, ਸਾਰੀ ਉਮਰ ਇਹਨੇ ਐਵੇਂ ਲੰਘਾ ਦਿੱਤੀ। ਜਦੋਂ ਇੰਨੀ ਗੱਲ ਰਿੱਛ ਨੇ ਭਾਈ ਮਰਦਾਨਾ ਜੀ ਨੂੰ ਕਹੀ, ਗੁਰੂ ਨਾਨਕ ਸਾਹਿਬ ਕਹਿੰਦੇ ਦੇਖਿਆ ਭਾਈ ਮਰਦਾਨਾ, ਜੇ ਸੰਸਾਰ 'ਤੇ ਆ ਕੇ ਆਪਾਂ ਗੁਰੂ ਵਾਲੇ ਨਹੀਂ ਬਣਦੇ, ਨਾਮ ਨਹੀਂ ਜਪਦੇ, ਆਪਣੀ ਦੇਹੀ ਨੂੰ ਜਾਨਵਰ ਵੀ ਨਹੀਂ ਖਾਂਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ
ਭਾਈ ਰੇ, ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਮਹਾਰਾਜ ਕਹਿੰਦੇ ਬਿਰਥਾ ਜਨਮ ਗਵਾਇਆ ਇਸ ਮਨ ਅੰਦਲੇ ਨੇ, ਬਿਰਥਾ ਜਨਮ ਗਵਾਇਆ ਇਸ ਮਨ ਅੰਦਲੇ ਸਾਹਿਬ ਕਹਿੰਦੇ ਜੇ ਸੰਸਾਰ ਤੇ ਆ ਕੇ ਨਾਮ ਨਾ ਜਪਿਆ, ਗੁਰੂ ਨਾ ਧਾਰਿਆ, ਚੰਗੇ ਕਰਮ ਨਾ ਕੀਤੇ, ਫਿਰ ਸੰਸਾਰ ਤੇ ਆਉਣ ਦਾ ਨਹੀਂ ਕੋਈ ਫਾਇਦਾ, ਫਿਰ ਤਾਂ ਪਸ਼ੂ ਵਾਲਾ ਜੀਵਨ ਹੈ। ਦੋ ਰਸਤੇ ਨੇ ਜਿਹਨਾਂ ਰਾਹੀਂ ਅਖੀਰ ਦੇ ਸਮੇਂ ਜਾਣਾ ਪੈਂਦਾ, ਹੁਣ ਆਪ ਜੀ ਸਤਸੰਗ ਕਰ ਰਹੇ ਹੋ, ਸਤਸੰਗ ਦੇ ਪ੍ਰਭਾਵ ਕਰਕੇ, ਨਾਮ ਦੇ ਪ੍ਰਭਾਵ ਕਰਕੇ ਸੂਖਮ ਸਰੀਰ ਪਵਿੱਤਰ ਹੋ ਜਾਂਦਾ। ਜਿਹਨਾਂ ਨੇ ਸਤਸੰਗ ਵੀ ਕਰ ਲਿਆ ਉਹਨਾਂ ਦਾ ਵੀ ਬਚਾਅ ਹੈ, ਅਤੇ ਜਿਹਨਾਂ ਨੇ ਨਾਮ ਜਪਿਆ, ਮੂਲ ਮੰਤਰ ਨਾਲ ਜੁੜੇ, ਗੁਰੂ ਨਾਨਕ ਸਾਹਿਬ ਨਾਲ ਜੁੜੇ, ਫਿਰ ਪਾਲਕੀਆਂ ਆਉਂਦੀਆਂ, ਪਾਲਕੀਆਂ 'ਚ ਚੌਰ ਸਾਹਿਬ ਕਰਦੇ ਲੈ ਕੇ ਜਾਂਦੇ। ਹੁਣ ਕਈਆਂ ਦੇ ਮਨ 'ਚ ਸਵਾਲ ਹੁੰਦਾ, ਇੱਕ ਨੇ ਸਵਾਲ ਕੀਤਾ ਵੀ ਸ਼ਹੀਦ ਸਿੰਘ ਦੁਆਰਾ ਕਿਉਂ ਜਨਮ ਲੈਂਦੇ, ਉਹਨਾਂ ਦੀ ਮੁਕਤੀ ਨਹੀਂ ਹੁੰਦੀ? ਜਿਹੜੇ ਸ਼ਹੀਦ ਸਿੰਘ ਦੁਆਰੇ ਆ ਜਾਂਦੇ ਦੁਨੀਆਂ 'ਤੇ, ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੀ ਮੁਕਤੀ ਨਹੀਂ ਕੀਤੀ? ਇਹ ਸਵਾਲ ਕਈ ਕਰਦੇ। ਸਾਹ ਸੰਗਤ 6 ਤਰ੍ਹਾਂ ਦੀ ਗਤੀ ਹੁੰਦੀ ਹੈ ਇਨਸਾਨ ਦੀ, ਪਾਪੀਆਂ ਦੀ, ਪੁੰਨੀਆਂ ਦੀ, ਪ੍ਰਾਣਾਯਾਮੀਆਂ ਦੀ, ਭਗਤਾਂ ਦੀ, ਬ੍ਰਹਮ ਗਿਆਨੀਆਂ ਦੀ, ਕਾਰਕਾਂ ਦੀ, 6 ਤਰ੍ਹਾਂ ਦੀ ਗਤੀ ਹੈ।
ਪਹਿਲੀ ਪਾਪੀਆਂ ਦੀ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਧਾਣੀਆਂ ਤੇ ਮੱਥੇ ਧਰਮ। ਇਹ ਪਾਪੀਆਂ ਦੀ ਗਤੀ, ਇਹਨਾਂ ਦੀ ਪਹੁੰਚ ਨਰਕਾਂ ਤੱਕ। ਦੂਜੀ ਹੈ ਪੁੰਨੀ, ਨਾਮ ਨਹੀਂ ਜਪਦੇ ਦਾਨ ਪੁੰਨ ਕਰਦੇ। ਪੁੰਨ ਦਾਨ ਦੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ, ਧਰਮਰਾਜ ਦੇ ਸਾਹਮਣੇ ਖੜੇ ਹੋ ਜਾਣਗੇ। ਧਰਮਰਾਜ ਨੇ ਚਿੱਤਰਗੁਪਤਾ ਨੂੰ ਕਹਿਣਾ, ਲੇਖਾ ਦੱਸੋ ਬਈ, ਇਹ ਮਹਾਰਾਜ ਨਾਮ ਤਾਂ ਨਹੀਂ ਜਪਿਆ ਪਰ ਦਾਨ ਪੁੰਨ ਕਰਦੇ ਰਹੇ, ਮੰਦੇ ਕਰਮ ਕੋਈ ਨਹੀਂ ਕੀਤੇ, ਦਾਨ ਪੁੰਨ ਕੀਤਾ। ਕਹਿੰਦੇ ਇਹਨੂੰ ਸਵਰਗ ਦੇ ਦਿਓ ਬਈ, ਪਹੁੰਚ ਸਵਰਗਾਂ ਤੱਕ ਹੋ ਗਈ। ਪਰ ਮੁਕਤੀ ਨਹੀਂ ਹੈ, ਸਵਰਗਾਂ ਤੋਂ ਫਿਰ ਦੁਬਾਰੇ ਧਰਤੀ 'ਤੇ ਆਉਣਾ ਪੈਣਾ। ਜੇ ਤੁਸੀਂ ਅੱਛੇ ਕਰਮ ਕੀਤੇ ਪਰ ਨਾਮ ਨਹੀਂ ਜਪਿਆ, ਘੁੰਮ ਕੇ ਫਿਰ ਧਰਤੀ 'ਤੇ ਆਉਣਾ ਪੈਣਾ। ਫਿਰ ਆਉਣ ਦਾ ਫਾਇਦਾ ਕੀ ਹੋਇਆ? ਜੇ ਧਰਤੀ 'ਤੇ ਆਏ ਹਾਂ, ਹੁਣੇ ਹੀ ਬੰਦੇ ਨੂੰ ਜੀਵਨ ਸਫਲਾ ਕਰ ਲੈਣਾ ਚਾਹੀਦਾ ਮੂਲ ਮੰਤਰ ਦੇ ਨਾਲ। ਇਹ ਤੋਂ ਬਾਅਦ ਪਤਾ ਨਹੀਂ ਮਨੁੱਖਾ ਜਨਮ ਮਿਲਣਾ ਕਿ ਨਹੀਂ ਮਿਲਣਾ, ਕੋਈ ਗਰੰਟੀ ਥੋੜ੍ਹਾ। ਸਾਹ ਸੰਗਤ ਤੀਜੀ ਪ੍ਰਾਣਾਯਾਮੀਆਂ ਦੀ ਗਤੀ ਹੈ, ਉਹਨਾਂ ਦੀ ਬ੍ਰਹਮ ਲੋਕ ਤੱਕ ਪਹੁੰਚ ਹੁੰਦੀ ਹੈ। ਚੌਥੀ ਭਗਤਾਂ ਦੀ, ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ, ਉਹਨਾਂ ਦੀ ਪਹੁੰਚ ਹੁੰਦੀ ਹੈ ਸੱਚਖੰਡ ਤੱਕ। ਪੰਜਵੀਂ ਬ੍ਰਹਮ ਗਿਆਨੀਆਂ ਦੀ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ ਏਕ ਸਵਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ, ਬਾਬਾ ਬੁੱਢਾ ਸਾਹਿਬ ਵਰਗੇ। ਉਹਨਾਂ ਦੀ ਪਹੁੰਚ ਹੁੰਦੀ ਹੈ ਨਿਰੰਕਾਰ ਤੱਕ, ਅਕਾਲ ਪੁਰਖ ਬ੍ਰਹਮ ਗਿਆਨੀ। ਛੇਵੀਂ ਹੁੰਦੀ ਹੈ ਕਾਰਕ ਪੁਰਸ਼। ਕਾਰਕ ਪੁਰਸ਼ ਕਿਹੜੇ ਹੁੰਦੇ? ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ, ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ, ਸੰਤ ਬਾਬਾ ਆਨੰਦ ਸਿੰਘ ਕਲੇਰਾਂ ਵਾਲੇ, ਸੰਤ ਬਾਬਾ ਜੀਤ ਸਿੰਘ ਹੰਸਾਲੀ ਵਾਲੇ। ਇਹਨੂੰ ਕਹਿੰਦੇ ਕਾਰਕ ਪੁਰਸ਼। ਦੁਨੀਆਂ 'ਤੇ ਆਉਂਦੇ ਨਾਮ ਜਪਾਉਣ ਵਾਸਤੇ, ਸਪੈਸ਼ਲ ਕੋਟਾ ਹੁੰਦਾ। ਹੁਣ ਮੁਕਤੀ ਹੁੰਦੀ ਹੈ ਇੱਕ ਜੀਵਨ ਮੁਕਤ, ਇੱਕ ਵਿਦੇਹ ਮੁਕਤ। ਆਪਾਂ ਜੀਵਨ ਮੁਕਤ ਹਾਂ ਜੇ ਬਾਬੇ ਨਾਨਕ ਨਾਲ ਜੁੜੇ ਹਾਂ। ਜਿਹੜਾ ਬਾਬੇ ਨਾਨਕ ਨਾਲ ਜੁੜ ਗਿਆ, ਗੁਰੂ ਨਾਨਕ ਸਾਹਿਬ ਨਾਲ ਜੁੜ ਗਿਆ, ਮੂਲ ਮੰਤਰ ਦਾ ਜਾਪ ਕਰਦਾ, ਉਹ ਜੀਵਨ ਮੁਕਤ ਹੈ, ਜਿਉਂਦਿਆਂ ਮੁਕਤ। ਜਦੋਂ ਇਨਸਾਨ ਇਹ ਦੇਹ ਛੱਡਦਾ, ਵਿਦੇਹ ਮੁਕਤੀ ਹਰ ਇੱਕ ਨੂੰ ਨਹੀਂ ਮਿਲਦੀ। ਜੇ ਆਪਾਂ ਕਹੀਏ ਤੂੰ ਵਿਦੇਹ ਮੁਕਤ ਹੋ ਗਿਆ ਜੀ, ਵਿਦੇਹ ਮੁਕਤੀ ਨਹੀਂ ਮਿਲਦੀ ਹਰ ਇੱਕ ਨੂੰ। ਵਿਦੇਹ ਮੁਕਤੀ ਹੁੰਦੀ ਹੈ ਵੀ ਸੂਖਸ਼ਮ ਸਰੀਰ ਨੂੰ ਜਦੋਂ ਪਾਲਕੀ 'ਚ ਬਿਠਾ ਕੇ ਲੈ ਕੇ ਜਾਂਦੇ ਤਾਂ ਨਿਰੰਕਾਰ ਦੀ ਜਿਹੜੀ ਜੋਤ ਹੈ, ਜ਼ਿਮੀ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਬਾਢ ਹੈ ਨਾ ਘਾਟ ਹੈ, ਨਾ ਘਾਟ ਬਾਢ ਹੋਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਰਮੇਸ਼ਰ ਕੀ ਹੈ? ਜੋਤ ਹੈ। ਅਕਾਲ ਪੁਰਖ ਜੀ ਕੀ ਹੈ? ਜੋਤ ਹੈ। ਹੁਣ ਜੋਤ ਦੇ ਸਾਹਮਣੇ 25 ਫੁੱਟ 'ਤੇ ਖੜ ਜਾਣਾ ਸੂਖਸ਼ਮ ਸਰੀਰ ਨੇ। ਇਹ ਗੱਲਾਂ ਬੜੀਆਂ ਬ੍ਰਹਮ ਦੀਆਂ ਨੇ। ਇਹ ਗੱਲਾਂ ਜਦੋਂ ਕਰਦੇ ਆ ਨਾ, ਲੋਕ ਹੱਸਦੇ ਨੇ ਕਈ, ਜਿਹਨਾਂ ਨੂੰ ਪਤਾ ਨਹੀਂ ਹੈ ਵੀ ਐਵੇਂ ਜੀ ਇਹ ਗੱਪ ਮਾਰਦੇ। ਪਰ ਇਹ ਸਾਹ ਸੰਗਤ ਦੱਸਣੀਆਂ ਪੈਂਦੀਆਂ, ਉਹ ਤੋਂ ਬਿਨਾਂ ਜੀ ਗਿਆਨ ਨਹੀਂ ਆਉਣਾ। ਫਿਰ ਵਿਦੇਹ ਮੁਕਤੀ ਜਦੋਂ ਸੂਖਸ਼ਮ ਸਰੀਰ ਨਿਰੰਕਾਰ ਦੀ ਜੋਤ ਦੇ ਸਾਹਮਣੇ ਖੜਦਾ 20-25 ਫੁੱਟ ਦੀ ਦੂਰੀ 'ਤੇ, ਤਾਂ ਸੂਖਸ਼ਮ ਸਰੀਰ ਦੇ ਵਿੱਚ ਹੁੰਦੇ ਇੱਕ ਮਨ ਅਤੇ ਇੱਕ ਆਤਮਾ। ਮਨ ਗੁਰੂ ਦੇ ਚਰਨਾਂ 'ਚ ਚਲਿਆ ਜਾਂਦਾ, ਆਤਮਾ ਪਰਮਾਤਮਾ 'ਚ ਸਮਾ ਜਾਂਦੀ ਹੈ। ਉਹਨੂੰ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤਰ ਲਈ ਸੰਪੂਰਨ ਥੀਆ ਰਾਮ। ਇਹਨੂੰ ਕਹਿੰਦੇ ਵਿਦੇਹ ਮੁਕਤੀ। ਹਰ ਇੱਕ ਦੀ ਨਹੀਂ ਹੁੰਦੀ ਇਹ। ਜਿਹੜੇ ਰੱਬ ਦੇ ਪਿਆਰੇ ਹੁੰਦੇ, ਸੰਤ ਮਹਾਂਪੁਰਖ ਜਾਂ ਸ਼ਹੀਦ ਸਿੰਘ ਹੁੰਦੇ, ਜੇ ਇਹਨਾਂ ਦੀ ਮੁਕਤੀ ਹੋ ਗਈ, ਸੰਸਾਰ ਦਾ ਭਲਾ ਕੌਣ ਕਰੇਗਾ ਬਈ?
ਇਹਨਾਂ ਦੀ ਵਧੇ ਮੁਕਤੀ ਨਹੀਂ ਹੁੰਦੀ, ਇਹਨਾਂ ਦਾ ਤਾਂ ਸਪੈਸ਼ਲੀ ਕੋਟਾ ਹੁੰਦਾ ਇੱਕ, ਇਹ ਰੱਖੇ ਹੁੰਦੇ ਇੱਕ ਪਾਸੇ ਸੂਖਸ਼ਮ ਸਰੀਰ। ਜਦੋਂ ਸੰਸਾਰ ਦੇ ਸੰਸਾਰ ਦਾ ਭਲਾ ਕਰਨਾ, ਅਕਾਲ ਪੁਰਖ ਜੀ ਨੇ ਫਿਰ ਡਿਊਟੀ ਲਾ ਦੇਣੀ ਹੈ, ਜਾਓ ਇੱਥੇ ਜਾਓ, ਨਾਮ ਜਪਾਓ। ਇਹ ਨਾਮ ਜਪਾਉਣ ਵਾਸਤੇ ਆਉਂਦੇ, ਸੰਤ ਮਹਾਂਪੁਰਖ ਨਾਮ ਜਪਾਉਣ ਵਾਸਤੇ ਆਉਂਦੇ। ਜੇ ਮੁਕਤੀ ਹੋ ਗਈ ਫਿਰ ਤਾਂ ਨਿਰੰਕਾਰ ਵਿੱਚ ਸਮਾ ਗਏ। ਜਿੱਦਾਂ ਹੁਣ ਧਰਮਰਾਜ ਬਜ਼ੁਰਗ ਹੋਇਆ ਪਿਆ, ਜਿਹੜਾ ਧਰਮਰਾਜ ਹੈ ਇਸ ਵੇਲੇ ਬਜ਼ੁਰਗ ਹੈ ਉਹ ਪੂਰਾ, ਉਹਦੀ ਜਦੋਂ ਡਿਊਟੀ ਖਤਮ ਹੋਣੀ ਉਹਨੇ ਜੋਤ ਵਿੱਚ ਸਮਾਉਣਾ, ਨਿਰੰਕਾਰ ਦੀ ਜੋਤ ਵਿੱਚ, ਤਾਂ ਉਹਦੀ ਮੁਕਤੀ ਹੋ ਗਈ। ਉਹਦੀ ਜਗ੍ਹਾ ਨਵਾਂ ਧਰਮਰਾਜ ਬੈਠੇਗਾ। ਤਾਂ ਇਹਨਾਂ ਦੀਆਂ ਉਮਰਾਂ ਹੁੰਦੀਆਂ, ਧਰਮਰਾਜ ਦੀ ਵੀ ਉਮਰ ਹੈ, ਇੰਦਰ ਮਹਾਰਾਜ ਦੀ ਵੀ ਉਮਰ ਹੈ, ਵਰਮਾ ਜੀ ਦੀ ਵੀ ਉਮਰ ਹੈ, ਕਈ ਯੁੱਗ ਉਮਰ ਹੁੰਦੀ ਹੈ ਇਹਨਾਂ ਦੀ। ਧਰਮਰਾਜ ਉਹ ਬਜ਼ੁਰਗ ਹੈ, ਉਹਦੀ ਵੀ ਉਮਰ ਖਤਮ ਹੈ, ਨਵਾਂ ਧਰਮਰਾਜ ਬੈਠਣਾ। ਹੁਣ ਧਰਮਰਾਜ ਨੇ ਜੋਤ ਵਿੱਚ ਸਮਾਉਣਾ, ਉਹਨੂੰ ਕਹਿੰਦੇ ਵਧੇ ਮੁਕਤੀ, ਸੂਖਸ਼ਮ ਸਰੀਰ ਖਤਮ। ਪਰ ਜਿਹੜੇ ਸ਼ਹੀਦ ਸਿੰਘ ਹੁੰਦੇ ਉਹਨਾਂ ਦਾ ਸੂਖਸ਼ਮ ਸਰੀਰ ਖਤਮ ਨਹੀਂ ਹੁੰਦਾ, ਉਹ ਤਾਂ ਦੁਨੀਆਂ ਦੇ ਭਲੇ ਵਾਸਤੇ ਉਹਨਾਂ ਨੂੰ ਫਿਰ ਜਨਮ ਲੈਣਾ ਪੈਂਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਤਾਂ ਮਹਾਂਪੁਰਖ ਨੂੰ ਫਿਰ ਜਨਮ ਲੈਣਾ ਪੈਂਦਾ। ਤਾਂ ਹੀ ਮਹਾਰਾਜ ਨੇ ਕਿਹਾ ਤੇਰੇ ਜਨ ਪਰੋ ਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੀ ਆਏ ਸਫਲ ਤਨਾ ਕੇ ਕੰਮ। ਭਾਗਟ ਕਹਿੰਦੇ ਸ਼ਾਹੂਕਾਰ, ਅਸਲੀ ਸ਼ਾਹੂਕਾਰ ਕੌਣ ਨੇ? ਸੰਤ ਮਹਾਂਪੁਰਖ ਜਿਨ੍ਹਾਂ ਨੇ ਨਾਮ ਦਾ ਵਪਾਰ ਕੀਤਾ। ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰ, ਕਿਨਹੀ ਬੰਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ ਏਸੀ ਖੇਪ ਹਮਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਜੁੜੀਏ ਸਾਧ ਸੰਗਤ। ਜਦੋਂ ਰਿੱਛ ਨੇ ਇੰਨੀ ਗੱਲ ਸੁਣਾਈ, ਭਾਈ ਮਰਦਾਨਾ ਜੀ ਗੁਰੂ ਮਹਾਰਾਜ ਦਾ ਸ਼ਬਦ ਸੁਣਿਆ, ਮਨ ਨੂੰ ਗਿਆਨ ਹੋ ਗਿਆ ਵੀ ਪਹਿਲੇ ਰਿੱਛ ਦੀ ਜੋਨੀ ਹੈ, ਇਹ ਮਨਮੁਖ ਦਾ ਮਾਸ ਖਾ ਕੇ ਪਤਾ ਨਹੀਂ ਕਿਹੜੀ ਜੋਨੀ ਜਾਵਾਂਗੇ, ਹੋਰ ਪਤਾ ਨਹੀਂ ਕਿੱਦਾਂ ਦਾ ਜਨਮ ਮਿਲੇਗਾ, ਮੈਂ ਮਾਸ ਨਹੀਂ ਖਾਧਾ। ਸੋ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਜਦੋਂ ਮਹਾਰਾਜ ਦੀ ਨਿਗਾਹ ਪਈ, ਉਹ ਰਿੱਛ ਦਾ ਵੀ ਉਧਾਰ ਹੋ ਗਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਜਾਨਵਰਾਂ ਦਾ ਵੀ ਉਧਾਰ ਕਰਤਾ, ਆਪਾਂ ਤਾਂ ਬੰਦੇ ਹਾਂ, ਆਪਾਂ ਨੂੰ ਤਾਂ 84 ਤੋਂ ਬਾਅਦ ਇਹ ਮਨੁੱਖਾ ਜਨਮ ਮਿਲਿਆ। ਇਹ ਬਾਦਸ਼ਾਹ ਜੋਨ ਹੈ, ਇਹ ਜਿਹੜਾ ਮਨੁੱਖਾ ਜਨਮ ਹੈ ਇਹਨੂੰ ਸਮਝੋ। ਗੋਬਿੰਦ ਮਿਲਣ ਕੀ ਇਹ ਤੇਰੀ ਬਣਿਆ, ਇਹ ਸਮਾਂ ਵਾਰ ਵਾਰ ਨਹੀਂ ਪ੍ਰਾਪਤ ਹੋਣਾ। ਸਾਧ ਸੰਗਤ ਸਮੇਂ ਨੂੰ ਖਰਾਬ ਨਾ ਕਰੋ, ਜਲਦੀ ਤੋਂ ਜਲਦੀ ਮੂਲ ਮੰਤਰ ਜਪਣਾ ਸ਼ੁਰੂ ਕਰ ਦਿਓ। ਕੱਲ ਨੂੰ ਜਪ ਲਾਂਗੇ ਜੀ, ਪਰਸੋਂ ਨੂੰ ਜਪ ਲਾਂਗੇ, ਅੱਜ ਤਾਂ ਬੜਾ ਸਮਾਂ ਪਿਆ। ਜਦੋਂ ਜਮਦੂਤ ਆ ਕੇ ਸਿਰ ਤੇ ਖੜਦੇ ਨਾ, ਚੱਲ ਵੀ ਚੱਲੀਏ, ਫਿਰ ਬੰਦਾ ਦੇਖਦਾ ਵੀ ਹਾਂ ਇਹ ਤਾਂ ਮੇਰੀ ਉਮਰ ਕੁਛ ਵੀ ਨਹੀਂ ਹੋਈ, ਜਾਣਾ ਪੈਣਾ। ਉਹ ਕਹਿੰਦੇ ਹਾਂ ਜਾਣਾ ਪੈਣਾ, ਥੋੜ੍ਹਾ ਸਮਾਂ ਵੀ ਨਹੀਂ ਮਿਲ ਸਕਦਾ ਇੱਕ ਦਿਨ, ਕਹਿੰਦੇ ਨਾ ਇੱਕ ਮਿੰਟ ਵੀ ਨਹੀਂ ਮਿਲ ਸਕਦਾ। ਫਿਰ ਬੰਦਾ ਸੋਚਦਾ ਵੀ ਸਮਾਂ ਖਰਾਬ ਹੀ ਕੀਤਾ। ਦੋ ਰਸਤੇ ਨੇ ਜਾਣ ਦੇ, ਇੱਕ ਤਾਂ ਪਾਲਕੀ 'ਚ ਬਿਠਾ ਕੇ ਲੈ ਕੇ ਜਾਣਾ,
ਬੜੇ ਸਤਿਕਾਰ ਦੇ ਨਾਲ, ਇੱਕ ਥਾਪੜੋ ਥਾਪੜੀ ਹੋਣਾ ਪੈਣਾ ਮਾਰਦੇ ਕੁੱਟਦੇ। ਹੁਣ ਬੰਦੇ ਨੂੰ ਸੋਚ ਲੈਣਾ ਚਾਹੀਦਾ ਵੀ ਕਿਹੜੇ ਰਾਹ ਨੂੰ ਜਾਣਾ ਭਾਈ। ਜੇ ਮੂਲ ਮੰਤਰ ਜਪਾਂਗੇ, ਗੁਰੂ ਨਾਨਕ ਸਾਹਿਬ ਨਾਲ ਜੁੜਾਂਗੇ, ਸਾਧ ਸੰਗਤ ਪਾਲਕੀਆਂ ਆਉਣਗੀਆਂ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ। ਸੋ ਮਹਾਰਾਜ ਸਭ ਦਾ ਭਲਾ ਕਰਨ, ਕੁੱਲਾਂ ਚੁੱਕਾਂ ਦੀ ਖਿਮਾ, ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਜਿਹੜਾ ਇਹ ਮਹੀਨੇ ਦਾ ਅਖੀਰਲਾ ਐਤਵਾਰ ਹੁੰਦਾ, ਇਹ ਸਾਰੀ ਸੰਗਤ ਵੱਲੋਂ ਅਖੰਡ ਪਾਠ ਸਾਹਿਬ ਹੁੰਦਾ। ਸੰਤ ਗੁਰਮੀਤ ਸਿੰਘ ਜੀ ਅਮੈਰੀਕਾ ਵਾਲੇ ਅਖੰਡ ਪਾਠ ਸਾਹਿਬ ਕਰਾਉਂਦੇ ਨੇ। ਉਹ ਕਹਿੰਦੇ ਵੀ ਅਰਦਾਸ ਸਾਰੀ ਸੰਗਤ ਦੀ ਕਰਨੀ ਹੈ, ਜਿੰਨੀ ਵੀ ਸੰਗਤ ਆਈ ਹੈ ਮਹਾਰਾਜ ਸਭ ਨੂੰ ਤੰਦਰੁਸਤੀ ਬਖਸ਼ਣ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ। ਉਹ ਕਹਿੰਦੇ ਇੱਕੋ ਹੀ ਅਰਦਾਸ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਭ ਦਾ ਭਲਾ, ਸਭ ਦਾ ਭਲਾ ਕਰਨ ਮਹਾਰਾਜ ਕਿਰਪਾ ਰੱਖਣ। ਸੋ ਆਓ ਸਮਾਪਤੀ ਹੈ, ਸਾਰੇ ਗੱਜ ਵੱਜ ਕੇ ਬੋਲੋ ਭਾਈ। ਏਕਮ ਕਾਰ ਸਤਨਾਮ ਸ੍ਰੀ ਵਾਹਿਗੁਰੂ, ਏਕਮ ਕਾਰ ਸਤਨਾਮ ਸ੍ਰੀ ਵਾਹਿਗੁਰੂ, ਪਿਆਰਿਆ ਤੇਰਾ ਪਿਆਰਾ ਲੱਗੇਗਾ, ਬੋਲ ਪਿਆਰਿਆ,
ਪਿਛੜਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਬੋਲ ਮਨ ਤੂੰ ਡੋਲੀ ਨਾ, ਆਪਣੇ ਔਗਣ ਬੋਲ ਕਿਸੇ ਦੇ ਬੋਲੀ ਨਾ। ਸਾਹਿਬ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਆਪਾਂ ਮੂਲ ਮੰਤਰ ਨਾਲ ਜੁੜੀਏ, ਵਾਹਿਗੁਰੂ ਗੁਰਮੰਤਰ ਨਾਲ ਜੁੜੀਏ, ਆਉਣਾ ਸਫਲ ਹੋਵੇ, ਸਭ ਦਾ ਭਲਾ। ਸੋ ਆਨੰਦ ਸਾਹਿਬ ਦੇ ਜਾਪ ਹੋਣਗੇ, ਸਾਰੇ ਰਸਨਾਂ ਨੂੰ ਪਵਿੱਤਰ ਕਰੋ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਕਬਦੋ ਤੰਗਾ ਵਾਰੀ ਘੇਰਾ ਮਨ ਜਨੀ ਵਸਾਇਆ। ਕਹਿ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਆਚਾ ਨਾਮ ਮੇਰਾ ਆਧਾਰ, ਆਚ ਨਾਮ ਆਧਾਰ ਮੇਰਾ ਜਿਨ ਪੁਰਖਾਂ ਸਭ ਗਵਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ, ਆਚਾ ਨਾਮ ਮੇਰਾ ਆਧਾਰ ਵਾਜੇ। ਕਰਮ ਪਾਇਆ ਤੁਧ ਜਨ ਕੋ ਸੇ ਨਾ ਮਾਰ ਕੇ ਲਾਗੇ।
Thank you.